ਸਹੇਲੀ ਹੁੰਦੀ ਸਰ ਇਹ ਰਿਕਵਰੀ ਕਿੱਥੋਂ ਹੋਈ ਸਾਹਿਲ ਅਤੇ ਮੋਹਿਤ ਨਾਮ ਦੇ ਦੋ ਲੜਕੇ ਗ੍ਰਿਫਤਾਰ ਕੀਤੇ ਆ ਦੌਰਾਨੇ ਨਾਕਾਬੰਦੀ ਰਾਜਪੁਰਾ ਚੌਂਕ ਸਪੈਸ਼ਲ ਟੀਮ ਸਾਡੇ ਵੱਲੋਂ ਕੰਸਟੀਟਿਊਟ ਕੀਤੀ ਗਈ ਸੀ। ਸਾਡੇ PAU ਦੇ ਕੈਂਪਸ ਦੇ ਵਿੱਚ ਚੋਰੀਆਂ ਦੀਆਂ ਵਾਰਦਾਤਾਂ ਬਹੁਤ ਜ਼ਿਆਦਾ ਹੋ ਰਹੀਆਂ ਸੀ, ਜਿਹਦੇ ਵਿੱਚ ਖੁਫੀਆ ਸੋਰਸ ਲਗਾਏ ਗਏ ਸਨ। ਦੌਰਾਨੇ ਤੋਂ ਜਿਹੜੀ ਸਾਨੂੰ ਇਨਫੋਰਮੇਸ਼ਨ ਮਿਲਣ ਦੀ ਆ, ਜਿਹੜੇ ਦੋਨੋਂ ਮੁਲਜ਼ਮ ਸੀ ਇਹ ਆਪਣੀਆਂ ਜਿਹੜੀਆਂ ਚੋਰੀ ਦੇ ਵਿੱਚ ਸੋਨਾ ਬਰਾਮਦ ਕੀਤਾ ਸੀ, ਸੋਨਾ ਮਿਲਿਆ ਸੀ ਇਹਨਾਂ ਨੂੰ, ਉਹ ਵੇਚਣ ਲਈ ਜਾ ਰਹੇ ਸੀ। ਦੌਰਾਨੇ ਨਾਕਾਬੰਦੀ ਰਾਜਪੁਰਾ ਚੌਂਕ 'ਚ ਇਹਨਾਂ ਨੂੰ ਗ੍ਰਿਫਤਾਰ ਕੀਤਾ। ਸਾਡੇ ਮੁਕੱਦਮੇ ਦੋ ਮੁਕੱਦਮੇ ਦਰਜ ਸੀ PAU ਥਾਣੇ ਦੇ ਵਿੱਚ, ਜਿਹੜੇ ਦੋਨੋਂ ਟਰੇਸ ਹੋ ਚੁੱਕੇ ਆ। ਇਹਨਾਂ ਨੂੰ ਗ੍ਰਿਫਤਾਰ ਕਰਕੇ ਜਿਹੜਾ ਹੈਗਾ ਸਾਡੇ ਕੋਲ 22-25 ਤੋਲੇ ਜਿਹੜੇ ਹੈਗੇ ਆ ਸੋਨਾ ਬਰਾਮਦ ਹੋ ਚੁੱਕਿਆ। ਫਿਲਹਾਲ ਜਿਹੜੀ ਹੈਗੀ ਤਫਤੀਸ਼ ਜਾਰੀ ਆ, ਬਾਕੀ ਜਿਹੜੇ ਹੋਰ ਰਿਕਵਰੀ ਆ ਉਹ ਵੀ ਅਸੀਂ ਕੱਲ੍ਹ ਤੱਕ ਕਰਵਾ ਲਵਾਂਗੇ। ਕੈਸ਼ ਜਿਹੜੇ ਇਹਨਾਂ ਨੇ ਪਹਿਲਾ ਮੁਕੱਦਮਾ ਇੱਕ ਹੋਇਆ ਸੀ ਉਹਦੇ 'ਚ ਕੁਛ ਡਾਲਰ ਸੀਗੇ, ਜਿਹੜੇ ਕੁਛ ਹੈਗੇ ਆ 10-10-20 ਡਾਲਰ ਸੀਗੇ, ਜਿਹੜੀ ਆਪਣੀ ਕੀਮਤ ਬਣਦੀ ਆ ਕੁਛ 10,000 ਰੁਪਏ। ਉਸ ਤੋਂ ਬਾਅਦ ਜਿਹੜੇ ਬਾਕੀ ਸੀ ਬਾਕੀ ਸੋਨਾ ਸੀ। ਦੋਨੋਂ ਦੋਸ਼ੀ PAU ਕੈਂਪਸ ਦੇ ਵਿੱਚ 4th ਕਲਾਸ ਦੇ ਜਿਹੜੇ ਹੈਗੇ ਆ। ਸਾਹਿਲ ਹੈ ਕੋਈ ਬਤੌਰ ਸਫਾਈ ਸੇਵਕ ਦਾ ਕੰਮ ਕਰਦਾ, ਅਤੇ ਦੂਸਰਾ ਜਿਹੜਾ ਮੋਹਿਤ ਆ ਉਹ ਮੈਸੰਜਰ ਸਪੈਸ਼ਲ ਮੈਸੰਜਰ ਦੇ ਤੌਰ 'ਤੇ ਕੰਮ ਕਰਦਾ। ਪਹਿਲਾਂ ਵੀ ਕੋਈ ਮੁਕੱਦਮਾ ਕੋਈ ਦਰਜ ਨਹੀਂ ਹੁੰਦਾ ਸੀ ਕਿ ਜਿਹੜੇ ਘਰ ਦੇ ਬਾਹਰ ਤਾਲਾ ਲੱਗਿਆ ਹੋਇਆ ਉਸ ਘਰ ਦੇ ਬਾਹਰ ਇਹਨਾਂ ਨੇ ਇੱਕ ਵਾਰੀ ਪਹਿਲਾਂ ਦੇਖਦੇ ਸੀ ਤਾਲਾ ਲੱਗਿਆ, ਫਿਰ 4-5 ਘੰਟੇ ਬਾਅਦ ਫਿਰ ਚੱਕਰ ਮਾਰਦੇ ਸੀ ਕਿ ਕੋਈ ਆਇਆ ਤਾਂ ਨਹੀਂ, ਫਿਰ ਉਹ ਘਰ ਨੂੰ ਟਾਰਗੇਟ ਕਰਦੇ ਸੀ ਤੇ ਉੱਥੇ ਜਾ ਕੇ ਜਿਹੜੀ ਹੈਗੀ ਵਾਰਦਾਤ ਕਰਦੇ ਸੀ। ਇਹਨਾਂ ਦੇ ਪਹਿਲਾਂ ਕਿੰਨੇ ਮੁਕੱਦਮੇ ਦਰਜ? ਪਹਿਲੀ ਵਾਰ ਫੜੇ ਗਏ। ਪਹਿਲੀ ਵਾਰ ਫੜੇ ਗਏ।